ਬਿਨਾਂ ਆਲਾ ਦੁਆਲਾ ਦੇਖੇ ਜੇਕਰ ਤੁਸੀਂ ਇਸ ਤਰ੍ਹਾਂ ਹੀ ਸੜਕ ਪਾਰ ਕਰੋਗੇ ਤਾਂ ਸੜਕੀ ਹਾਦਸਾ ਹੋਣਾ ਸੁਭਾਵਿਕ ਹੈ। ਜੀ ਹਾਂ, ਐਕਟਿਵਾ ਤੇ ਸਵਾਰ ਦੋ ਮਹਿਲਾਵਾਂ ਜਿਨ੍ਹਾਂ ਨੇ ਪਿੱਛੇ ਮੁੜ ਕੇ ਬਿਲਕੁਲ ਨਹੀਂ ਦੇਖਿਆ, ਆਪਣੀ ਹੀ ਚਾਲ ਦੇ ਵਿੱਚ ਚੱਲਦੀਆਂ ਸੜਕ ਨੂੰ ਕ੍ਰੋਸ ਕਰਨ ਲੱਗਦੀਆਂ ਨੇ। ਇੰਨੇ ਨੂੰ ਆਪਣੀ ਰਫਤਾਰ ਦੇ ਨਾਲ ਆ ਰਿਹਾ ਬਾਈਕ ਇਹਨਾਂ ਦੇ ਵਿੱਚ ਜ਼ੋਰਦਾਰ ਵੱਜਦਾ ਔਰ ਚਾਰੇ ਜਾਣੇ ਬੁਰੇ ਤਰੀਕੇ ਦੇ ਨਾਲ ਡਿੱਗ ਜਾਂਦੇ ਨੇ। ਇਹਨਾਂ ਦੀਆਂ ਤਸਵੀਰਾਂ CCTV ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਐਕਟਿਵਾ ਤੇ ਸਵਾਰ ਦੋ ਮਹਿਲਾਵਾਂ ਜਿਨ੍ਹਾਂ ਨੇ ਪਿੱਛੇ ਮੁੜ ਕੇ ਕੁਝ ਨਹੀਂ ਦੇਖਿਆ, ਆਪਣੀ ਹੀ ਰਫਤਾਰ ਦੇ ਨਾਲ ਸੜਕ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਾਈਕ ਨੇ ਇਹਨਾਂ ਦੇ ਵਿੱਚ ਜ਼ੋਰਦਾਰ ਟੱਕਰ ਮਾਰੀ। ਪੈਟਰੋਲ ਪੰਪ ਦੇ ਨਜ਼ਦੀਕ ਇਹ ਹਾਦਸਾ ਹੋਇਆ। ਤਸਵੀਰਾਂ ਫਿਰੋਜ਼ਪੁਰ ਮੋਗਾ ਰੋਡ 'ਤੇ ਹਰਿਆਲੀ ਪੈਟਰੋਲ ਪੰਪ ਦੇ ਨੇੜੇ ਦੀਆਂ ਨੇ। ਆਲੇ ਦੁਆਲੇ ਖੜ੍ਹੇ ਲੋਕ ਇੱਕਦਮ ਇਹਨਾਂ ਦੇ ਕੋਲ ਪੁੱਜੇ ਔਰ ਬਾਈਕ ਸਵਾਰ ਗੰਭੀਰ ਜ਼ਖਮੀ ਹੋਏ ਨੇ। ਤੁਹਾਡੇ ਮੁਤਾਬਿਕ ਕਿਸ ਦੀ ਗਲਤੀ ਦੇ ਨਾਲ ਇਹ ਹਾਦਸਾ ਹੋਇਆ, ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ। ਦੱਸ ਦਿਓ ਕਿ ਦੋਵੇਂ ਵਾਹਨਾਂ 'ਤੇ 4 ਲੋਕ ਸਵਾਰ ਸਨ। ਦੋ ਮਹਿਲਾਵਾਂ ਐਕਟਿਵਾ 'ਤੇ ਸਵਾਰ ਸੀ ਜਿਨ੍ਹਾਂ ਨੇ ਸੜਕ ਪਾਰ ਕਰਨ ਦੀ ਕੋਸ਼ਿਸ਼ ਕੀਤੀ ਬਿਨਾਂ ਪਿੱਛੇ ਦੇਖਿਆ ਤਾਂ ਆਪਣੀ ਰਫਤਾਰ ਦੇ ਨਾਲ ਆ ਰਿਹਾ ਬਾਈਕ ਇਹਨਾਂ ਦੇ ਵਿੱਚ ਜ਼ੋਰ ਨਾਲ ਵੱਜਿਆ, ਜਿਸ ਨਾਲ ਇਹ ਚਾਰੇ ਜਾਣੇ ਬੁਰੇ ਤਰੀਕੇ ਦੇ ਨਾਲ ਸੜਕ 'ਤੇ ਡਿੱਗ ਪਏ। ਆਓ ਇੱਕ ਵਾਰ ਪੂਰੀਆਂ ਤਸਵੀਰਾਂ ਦੇਖੋ ਔਰ ਕਿਸ ਦੀ ਗਲਤੀ ਦੇ ਨਾਲ ਇਹ ਭਿਆਨਕ ਸੜਕੀ ਹਾਦਸਾ ਹੋਇਆ, ਕਮੈਂਟ ਬਾਕਸ ਦੇ ਵਿੱਚ ਜ਼ਰੂਰ ਆਪਣੀ ਰਾਏ ਦਿਓ। ਬਿਨਾਂ ਆਲਾ ਦੁਆਲਾ ਦੇਖੇ ਜੇਕਰ ਤੁਸੀਂ ਇਸ ਤਰ੍ਹਾਂ ਹੀ ਸੜਕ ਪਾਰ ਕਰੋਗੇ ਤਾਂ ਸੜਕੀ ਹਾਦਸਾ ਹੋਣਾ ਸੁਭਾਵਿਕ ਹੈ। ਜੀ ਹਾਂ, ਐਕਟਿਵਾ 'ਤੇ ਸਵਾਰ ਦੋ ਮਹਿਲਾਵਾਂ ਜਿਨ੍ਹਾਂ ਨੇ ਪਿੱਛੇ ਮੁੜ ਕੇ ਬਿਲਕੁਲ ਨਹੀਂ ਦੇਖਿਆ, ਆਪਣੀ ਹੀ ਚਾਲ ਦੇ ਵਿੱਚ ਚੱਲਦੀਆਂ ਸੜਕ ਨੂੰ ਕ੍ਰੋਸ ਕਰਨ ਲੱਗਦੀਆਂ ਨੇ। ਇੰਨੇ ਨੂੰ ਆਪਣੀ ਰਫਤਾਰ ਦੇ ਨਾਲ ਆ ਰਿਹਾ ਬਾਈਕ ਇਹਨਾਂ ਦੇ ਵਿੱਚ ਜ਼ੋਰਦਾਰ ਵੱਜਦਾ ਔਰ ਚਾਰੇ ਜਾਣੇ ਬੁਰੇ ਤਰੀਕੇ ਦੇ ਨਾਲ ਡਿੱਗ ਜਾਂਦੇ ਨੇ। ਇਹਨਾਂ ਦੀਆਂ ਤਸਵੀਰਾਂ CCTV ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਐਕਟਿਵਾ 'ਤੇ ਸਵਾਰ ਦੋ ਮਹਿਲਾਵਾਂ ਜਿਨ੍ਹਾਂ ਨੇ ਪਿੱਛੇ ਮੁੜ ਕੇ ਕੁਝ ਨਹੀਂ ਦੇਖਿਆ, ਆਪਣੀ ਹੀ ਰਫਤਾਰ ਦੇ ਨਾਲ ਸੜਕ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਾਈਕ ਨੇ ਇਹਨਾਂ ਦੇ ਵਿੱਚ ਜ਼ੋਰਦਾਰ ਟੱਕਰ ਮਾਰੀ। ਪੈਟਰੋਲ ਪੰਪ ਦੇ ਨਜ਼ਦੀਕ ਇਹ ਹਾਦਸਾ ਹੋਇਆ। ਤਸਵੀਰਾਂ ਫਿਰੋਜ਼ਪੁਰ ਮੋਗਾ ਰੋਡ 'ਤੇ ਹਰਿਆਲੀ ਪੈਟਰੋਲ ਪੰਪ ਦੇ ਨੇੜੇ ਦੀਆਂ ਨੇ। ਆਲੇ ਦੁਆਲੇ ਖੜ੍ਹੇ ਲੋਕ ਇੱਕਦਮ ਇਹਨਾਂ ਦੇ ਕੋਲ ਪੁੱਜੇ ਔਰ ਬਾਈਕ ਸਵਾਰ ਗੰਭੀਰ ਜ਼ਖਮੀ ਹੋਏ ਨੇ। ਤੁਹਾਡੇ ਮੁਤਾਬਿਕ ਕਿਸ ਦੀ ਗਲਤੀ ਦੇ ਨਾਲ ਇਹ ਹਾਦਸਾ ਹੋਇਆ, ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ। ਦੱਸ ਦਿਓ ਕਿ ਦੋਵੇਂ ਵਾਹਨਾਂ 'ਤੇ 4 ਲੋਕ ਸਵਾਰ ਸਨ। ਦੋ ਮਹਿਲਾਵਾਂ ਐਕਟਿਵਾ 'ਤੇ ਸਵਾਰ ਸੀ ਜਿਨ੍ਹਾਂ ਨੇ ਸੜਕ ਪਾਰ ਕਰਨ ਦੀ ਕੋਸ਼ਿਸ਼ ਕੀਤੀ ਬਿਨਾਂ ਪਿੱਛੇ ਦੇਖਿਆ ਤਾਂ ਆਪਣੀ ਰਫਤਾਰ ਦੇ ਨਾਲ ਆ ਰਿਹਾ ਬਾਈਕ ਇਹਨਾਂ ਦੇ ਵਿੱਚ ਜ਼ੋਰ ਨਾਲ ਵੱਜਿਆ, ਜਿਸ ਨਾਲ ਇਹ ਚਾਰੇ ਜਾਣੇ ਬੁਰੇ ਤਰੀਕੇ ਦੇ ਨਾਲ ਸੜਕ 'ਤੇ ਡਿੱਗ ਪਏ। ਆਓ ਇੱਕ ਵਾਰ ਪੂਰੀਆਂ ਤਸਵੀਰਾਂ ਦੇਖੋ ਔਰ ਕਿਸ ਦੀ ਗਲਤੀ ਦੇ ਨਾਲ ਇਹ ਭਿਆਨਕ ਸੜਕੀ ਹਾਦਸਾ ਹੋਇਆ, ਕਮੈਂਟ ਬਾਕਸ ਦੇ ਵਿੱਚ ਜ਼ਰੂਰ ਆਪਣੀ ਰਾਏ ਦਿਓ।